ਇਹ ਹੈ ਜੀ 2 ਸਤੰਬਰ ਨੂੰ ਮੇਰਾ ਏਟੀਐਮ ਇੱਥੇ ਬਿਲਿੰਗ ਕਰਾਉਣ ਵਾਸਤੇ ਰਹਿ ਗਿਆ ਸੀ ਅਤੇ ਅੱਜ ਹੈਗੀ 18 ਸਤੰਬਰ ਅਤੇ ਮੈਂ ਗੱਲ ਇਹ ਤਾਂ ਕਰ ਰਿਹਾ ਇਹਨਾਂ ਦੀ ਇਮਾਨਦਾਰੀ ਦੇਖੋ ਬੱਚਿਆਂ ਦੀ ਇਹ ਨਹੀਂ ਹੈ ਵੀ ਇਹ ਰਿਲਾਇੰਸ 'ਚ ਲੱਗੇ ਆ ਇਸ ਲਈ ਰਿਲਾਇੰਸ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਵਾਪਸ ਕਰ ਦਿੱਤਾ ਲੇਕਿਨ ਇਹ ਬੱਚਿਆਂ ਦੀ ਇਮਾਨਦਾਰੀ ਹੈ ਕਿਉਂਕਿ ਰਿਲਾਇੰਸ ਨੂੰ ਵੀ ਮਾਲਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਇਹਨਾਂ ਦਾ ਕਾਰਡ ਇੱਥੇ ਰਹਿ ਗਿਆ ਇਹਨਾਂ ਨੇ ਕਾਰਡ ਸਾਨੂੰ ਵਾਪਸ ਕੀਤਾ ਥੈਂਕ ਯੂ ਵੈਰੀ ਮਚ ਆਲ ਆਫ ਯੂ ਗੋਡ ਬਲੈਸ ਯੂ ਆਲਵੇਜ਼।